ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਅਤੇ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਦੇ ਪਹਿਲੀ ਵਾਰ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰਨ ਤਾਂ ਜੋ ਤੁਹਾਨੂੰ ਜਿਹੜੀ ਆਉਣ ਬਈ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਇਸ ਚੈਨਲ ਦੇ ਉੱਤੇ ਪੀਐਸਟੈਟ ਸੀਟੈਟ ਮਾਸਟਰ ਕਲਰ ਐਂਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋ ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਅਰਥ ਹੈ ਜੇ ਮੈਂਬਰ ਆਫ ਸੋਲਰ ਸਿਸਟਮ ਸੋ ਧਰਤੀ ਜਿਹੜੀ ਆ ਉਹ ਸੂਰਜੀ ਪਰਿਵਾਰ ਦਾ ਇੱਕ ਮੈਂਬਰ ਹੋਣ ਦੇ ਨਾਂ ਦੇ ਉੱਪਰ ਜੋ ਚੈਪਟਰ ਨੰਬਰ 1 ਹੈਗਾਗਾ 6ਵੀਂ ਕਲਾਸ ਦੀ ਜੀਓਗ੍ਰਾਫੀ ਦਾ ਪੰਜਾਬ ਬੋਰਡ ਦਾ ਉਸ ਤੇ 25 ਜਿਹੜੇ ਕੁਐਸਚਨ ਅਸੀਂ ਡਿਸਕਸ ਕਰਾਂਗੇ ਸੋ ਇਹ ਜੋ ਕੁਐਸਚਨ ਨੇ ਤੁਹਾਡੇ ਪੀਐਸਟੈਟ ਐਂਟੀਟੀ ਪਟਵਾਰੀ ਤੇ ਮਾਸਟਰ ਗ੍ਰੈਡਰ ਐਗਜ਼ਾਮ ਦੇ ਵਿੱਚ ਹੈਲਪਫ ਰਹਿਣਗੇ ਤੁਹਾਨੂੰ ਸੋ ਇਸ ਤੋਂ ਪਹਿਲਾਂ ਇਸ ਚੈਪਟਰ ਦੀ ਜਿਹੜੀ ਥਿਉਰੀ ਆ ਉਹ ਡਿਸਕਸ ਕੀਤੀ ਹੋਈ ਅਗਰ ਤੁਸੀਂ ਉਹ ਵੀ ਦੇਖਣਾ ਚਾਹੁੰਦੇ ਹੋ ਤਾਂ ਵੈਬਲਿੰਕ ਤੇ ਵਿੱਚੋਂ ਜਾ ਕੇ ਉਹ 6th ਕਲਾਸ ਦੀਆਂ ਜਿਹੜੀਆਂ ਥਿਉਰੀਜ਼ ਵਾਲੀਆਂ ਕਲਾਸਾਂ ਨੇ ਉਹਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਸੋ ਅੱਜ ਅਸੀਂ ਜਿਹੜੇ ਸਿਰਫ ਅੱਜ ਸਿਰਫ ਐਮ ਐਸ ਕਿਊ ਸਟੀ ਕਰਾਂਗੇ ਫਰਸਟ ਪਾਰਟ ਆ 20 ਕੁਐਸਚਨ ਰਹਿਣਗੇ 25 ਕੁਐਸਚਨ ਰਹਿਣਗੇ ਐਮ ਐਸ ਕਿਊ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਉਹ ਮਿਲਦੀਆਂ ਰਹਿਣੀਆਂ ਐ ਅਤੇ ਆਨਲਾਈਨ ਟੈਸਟ ਜਿਹੜੇ ਉਹ ਵੀ ਤੁਹਾਨੂੰ ਅਵੇਲੇਬਲ ਹੁੰਦੇ ਰਹਿਣਗੇ। ਅਗਰ ਤੁਸੀਂ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਫੀਸ ਪੇ ਕਰਕੇ ਇਸ ਦੇ ਵਿੱਚ ਜਿਹੜਾ ਐਡ ਹੋ ਸਕਦੇ ਹੋਗੇ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਸੁਝਾਅ ਦੇ ਨੇ ਤੁਸੀਂ ਨਾ ਅਪਲਾਈ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਇਸ ਚੈਪਟਰ ਦੇ ਵਿੱਚ ਪੂਰਨ ਤੌਰ ਤੇ ਜਿਹੜਾ ਧਰਤੀ ਦੇ ਬਾਰੇ ਔਰ ਉਸ ਤੇ ਗ੍ਰਹਿ ਲੱਕੇ ਟਿਕਾ ਜਾਂ ਸੂਰਜੀ ਪਰਿਵਾਰ ਦੇ ਗ੍ਰਹਿ ਗੈਲੈਕਸੀ ਨੂੰ ਲੈ ਕੇ ਸਾਰੇ ਜਿਹੜੇ ਕੁਐਸਚਨ ਬਣਦੇ ਨੇ ਜੋ ਬਹੁਤ ਜ਼ਿਆਦਾ ਹੈਲਪਫੁਲ ਹੁੰਦੇ ਨੇ तकरीबन ਸਾਰੇ ਹੀ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਸੋ ਇਸੇ ਤਰ੍ਹਾਂ ਸੀ ਜਿਹੜੇ NCERT ਦੇ ਔਰ ਪੰਜਾਬ ਬੋਰਡ ਦੇ 6ਵੀਂ ਕਲਾਸ ਤੋਂ ਲੈ ਕੇ 12ਵੀਂ ਤੱਕ ਦੀਆਂ ਜਿਹੜੀਆਂ ਥਿਊਰੀ ਕਲਾਸਸ ਅਤੇ MCQ ਕੁਐਸਚਨ ਵੀ ਇਸ ਸਟੇਜ ਇਸ ਚੈਨਲ ਤੇ ਅਪਲੋਡ ਕਰਦੇ ਰਵਾਂਗੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਿਆ ਕਰੋਗੇ ਔਰ ਜਿਹੜੀਆਂ PDF ਉਹ ਵੀ ਤੁਹਾਨੂੰ ਗਰੁੱਪ ਦੇ ਵਿੱਚੋਂ ਮਿਲ ਸਕੇਟ ਨੇ ਸਾਰਾ ਇਹ ਤਕਰੀਬਨ ਜਿਹੜਾ ਪੇਪਰ ਹੁੰਦਾ ਉਹ ਇੰਨਾ ਹੀ ਕਿਤਾਬਾਂ ਦੇ ਵਿੱਚੋਂ ਆਉਂਦਾ ਹੁੰਦਾ ਸੋ ਇਸ ਲਈ ਤੁਹਾਨੂੰ ਕਾਫੀ ਅੱਛਾ ਜਿਹੜਾ ਇਸ ਦੇ ਵਿੱਚੋਂ ਇਨਫੋਰਮੇਸ਼ਨ ਉਹ ਮਿਲ ਜਾਣੀ ਹੈਗੀ ਸੋ ਫਰਸਟ ਕੁਐਸਚਨ ਆ ਇਹਦਾ ਬ੍ਰਹਮੰਡ ਵਿੱਚ ਕੀ ਕੁਝ ਸ਼ਾਮਲ ਹੈ ਸੋ ਆਪਸ਼ਨ 1 ਹੈ ਸੂਰਜ ਆਪਸ਼ਨ 2 ਹੈ ਗ੍ਰਹਿ ਆਪਸ਼ਨ 3 ਹੈ ਚੰਨ ਅਤੇ ਆਪਸ਼ਨ 4 ਹੈ ਅਪਰੋਪਰ ਸਾਰੇ ਸੋ ਬ੍ਰਹਿਮੰਡ ਇੱਕ ਬਹੁਤ ਵਾਸਟ ਜਿਹੜਾ ਏਰੀਆ ਆ ਜਾਂਦਾ ਹੈ ਸੋ ਇਸ ਦੇ ਵਿੱਚ ਤਕਰੀਬਨ ਜਿਹੜਾ ਉਹ ਸਭ ਕੁਝ ਸ਼ਾਮਲ ਆ ਜਾਂਦਾ ਹੈ ਸੋ ਬ੍ਰਹਿਮੰਡ ਦੇ ਵਿੱਚ ਗੈਲੈਕਸੀਜ਼ ਵੀ ਆ ਜਾਂਦੀਆਂ ਹੈਗੀਆਂ ਨੇਗੀਆਂ ਠੀਕ ਹੈ ਸੂਰਜ ਵੀ ਇਸ ਦੇ ਵਿੱਚ ਆ ਜਾਂਦਾ ਹੈ ਗ੍ਰਹਿ ਵੀ ਚੰਨ ਵੀ ਤਾਰੇ ਵੀ ਔਰ ਬਲੈਕ ਮੈਟਰ ਜਿਹੜਾ ਹੈ ਜਿਸ ਨੂੰ ਅਸੀਂ ਕਾਲਾ ਪਦਾਰਥ ਕਹਿ ਦਿੰਦੇ ਹਾਂਗੇ ਅਗੇ ਹਨਾ ਸੋ ਤੁਸੀਂ ਜਦੋਂ YouTube ਦੇ ਉੱਪਰ ਦੇਖੋਗੇ ਬ੍ਰਹਿਮੰਡ ਬਾਰੇ ਜਿਹੜਾ ਸਟੱਡੀ ਕਰੋਗੇ ਉਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਗੀਆਂ ਉਲਕਾ ਪਿੰਡ ਹੋਗੇ ਇਹ ਸਾਰੇ ਦੇ ਸਾਰੇ ਜਿਹੜੇ ਆਗੇ ਉਹ ਬ੍ਰਹਿਮੰਡ ਦੇ ਵਿੱਚ ਸ਼ਾਮਲ ਹੁੰਦੇ ਆ ਸੋ ਇਸ ਕਰਕੇ ਬ੍ਰਹਿਮੰਡ ਇੱਕ ਵਾਸਟ ਕਨਸੈਪਟ ਹੈਗਾਗਾ ਸੋ ਇਸ ਦੇ ਵਿੱਚ ਬਹੁਤ ਸਾਰੀਆਂ ਗੈਲੈਕਸੀਆਂ ਬਹੁਤ ਸਾਰੇ ਸੂਰਜ ਬਹੁਤ ਸਾਰੇ ਜਿਹੜੇ ਗ੍ਰਹਿ ਨੇਗੇ ਔਰ ਬਹੁਤ ਸਾਰੇ ਜਿਹੜੇ ਚੰਦ ਦੇਖਣ ਨੂੰ ਮਿਲਦੇ ਨੇ ਸੋ ਇਸ ਕਰਕੇ ਇਹਦੇ ਵਿੱਚ ਸਾਰਾ ਕੁਝ ਜਿਹੜਾ ਉਹ ਸ਼ਾਮਲ ਆ ਜਾਂਦਾ ਹੈ ਨੈਕਸਟ ਹੈ 2 ਨੰਬਰ ਸਾਡਾ ਸੂਰਜੀ ਪਰਿਵਾਰ ਕਿਸ ਗੈਲੈਕਸੀ ਦੇ ਵਿੱਚ ਸਥਿਤ ਹੈ ਸੋ ਆਪਸ਼ਨ 1 ਹੈ ਸप्तऋषि ਆਪਸ਼ਨ 2 ਹੈ ਕਾਸ਼ਿਕ ਗੰਗਾ ਆਪਸ਼ਨ 3 ਹੈ ਸਪੈਕਟ੍ਰਮ ਅਤੇ ਆਪਸ਼ਨ 4 ਹੈ ਕੋਈ ਨਹੀਂ ਸੋ ਬ੍ਰਹਿਮੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਮਿਲੀਅਨ ਮਿਲੀਅਨ ਜਿਹੜੀਆਂ ਕਹਿ ਸਕਦੇ ਹੈਗੀਆਂ ਗੈਲੈਕਸੀਸ ਪੰਜਾਂ ਨੇ ਜਿਸ ਗੈਲੈਕਸੀ ਦੇ ਵਿੱਚ ਅਸੀਂ ਰਹਿੰਦੇ ਹਾਂ ਉਸ ਦਾ ਨਾਮ ਜਿਹੜਾ ਉਹ ਆਕਾਸ਼ ਗੰਗਾ ਹੈ ਸੋ ਇਸ ਨੂੰ ਦੂਧਿਆ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈਗਾ ਔਰ ਇਸ ਦਾ ਜਿਹੜਾ ਸਾਈਜ਼ ਹੈ ਨਾ ਉਹ ਇੱਕ ਡਿਸਕ ਵਰਗਾ ਹੈਗਾਗਾ ਵਿਚਾਰਲੂ ਇਸ ਤਰੀਕੇ ਦੇ ਨਾਲ ਹੈ ਠੀਕ ਹੈ ਅਗਰ ਤੁਸੀਂ ਇਸ ਨੂੰ ਬੁੱਕ ਦੇ ਵਿੱਚ ਦੇਖੋਗੇ ਤਾਂ ਇਸ ਤਰੀਕੇ ਦਾ ਵਿਚਾਰਲੂ ਉੱਠਿਆ ਹੋਇਆ ਹੈ ਜਿਵੇਂ ਇੱਕ ਡਿਸਕ ਨਹੀਂ ਹੁੰਦੀ ਉਸ ਤਰੀਕੇ ਦੀ ਇਹ ਗੈਲੈਕਸੀ ਹੈਗੀ ਹੈਗੀ ਔਰ ਇਸ ਦੇ ਵਿੱਚ ਜਿਹੜਾ ਸਾਡਾ ਸੂਰਜੀ ਪਰਿਵਾਰ ਹੁੰਦਾ ਹੈ ਔਰ ਇਸੇ ਗੈਲੈਕਸੀ ਦੇ ਵਿੱਚ ਸਿਰਫ ਸਾਡਾ ਸੂਰਜੀ ਪਰਿਵਾਰ ਨਹੀਂ ਇਸ ਦੇ ਵਿੱਚ ਬਹੁਤ ਸਾਰੇ ਸੂਰਜੀ ਪਰਿਵਾਰ ਜਿਹੜੇ ਉਹ ਦੇਖਣ ਨੂੰ ਮਿਲਦੇ ਨੇ ਇਹਨਾਂ ਦੇ ਵਿੱਚੋਂ ਇੱਕ ਸਾਡਾ ਸੂਰਜੀ ਪਰਿਵਾਰ ਹੈ ਜਾਨੀ ਕਿ ਛੋਟੇ ਜਿਹੇ ਪਾਰਟ ਦੇ ਵਿੱਚ ਅਕਾਸ਼ ਗੰਗਾ ਦੇ ਵਿੱਚ ਸਾਡਾ ਸੂਰਜੀ ਪਰਿਵਾਰ ਸਿੱਤਾ ਇਸ ਤੋਂ ਇਲਾਵਾ ਮਿਲੀਅਨ ਰੂਪ ਦੇ ਵਿੱਚ ਨਹੀਂ ਇੱਥੇ ਹੋਰ ਸੂਰਜੀ ਪਰਿਵਾਰ ਨੇ ਜਿੰਨਾ ਬੜੇ ਹਲੇ ਵਿਗਿਆਨਿਕ ਜਿਹੜੇ ਆ ਉਹ ਖੋਜਾਂ ਕਰ ਰਹੇ ਨੇ ਰਿਸਰਚਸ ਕਰ ਰਹੇ ਨੇ ਨਿਊ ਨੂ ਨੈਕਸਟ ਹੈ 3 ਨੰਬਰ ਸਾਡੇ ਸੂਰਜੀ ਪਰਿਵਾਰ ਵਿੱਚ ਸ਼ਾਮਲ ਹੈ ਸੋ ਆਪਸ਼ਨ 1 ਹੈ ਗ੍ਰਹਿ ਆਪਸ਼ਨ 2 ਹੈ ਉਪਗ੍ਰਹਿ ਆਪਸ਼ਨ 3 ਹੈ ਪੂਛਲ ਤਾਰੇ ਅਤੇ ਆਪਸ਼ਨ 4 ਹੈ ਅਪਰੂਵ ਕਤਾਰੇ ਸੌਰੀ ਅਪਰੋਕ ਸੌਰੀ ਸੋ ਸਾਡੇ ਸੂਰਜੀ ਪਰਿਵਾਰ ਦੇ ਵਿੱਚ ਗ੍ਰਹਿ ਹੋਗੇ ਉਪਗ੍ਰਹਿ ਹੋਗੇ ਪੁਸ਼ਟਾਰੇ ਹੋਗੇ ਇਹ ਸਾਰੇ ਦੇ ਸਾਰੇ ਜਿਹੜੇ ਸ਼ਾਮਿਲ ਲੇਗੇ ਸੋ ਗ੍ਰਹਿ ਨੇ ਸਾਡੇ ਸੂਰਜੀ ਪਰਿਵਾਰ ਦੇ ਵਿੱਚ 8 ਔਰ ਉਸ ਤੋਂ ਲਗ ਉਪਗ੍ਰਹਿ ਨੇ ਉਹਨਾਂ ਦੇ ਪੁਸ਼ਟਾਰੇ ਵੀ ਮਿਲਦੇ ਨੇਗੇ ਉਲਕਾ ਪਿੰਡ ਵੀ ਜਿਹੜੇ ਆਪ ਕੋ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਨੇਗੇ ਸੋ ਸਾਰੇ ਦੇ ਸਾਰੇ ਜਿਹੜੇ ਆ ਉਹ ਸੂਰਜੀ ਪਰਿਵਾਰ ਦੇ ਵਿੱਚ ਆ ਜਾਂਦੇ ਹੈਗੇ ਨੇ ਨੈਕਸਟ ਹੈ 4 ਨੰਬਰ ਅਕਾਸ਼ ਗੰਗਾ ਵਿੱਚ ਸਥਿਤ ਸੂਰਜ ਗ੍ਰਹਿ ਚੰਨ ਤਾਰਿਆਂ ਨੂੰ ਕੀ ਆਖਿਆ ਗਿਆ ਜਾਂਦਾ ਹੈ ਸੋ ਆਪਸ਼ਨ 1 ਹੈ ਅਕਾਸ਼ ਗੰਗਾ ਆਪਸ਼ਨ 2 ਹੈ ਸੂਰਜੀ ਪਰਿਵਾਰ ਆਪਸ਼ਨ 3 ਹੈ ਖੰਗੋਲਪਿੰਡ ਅਤੇ ਆਪਸ਼ਨ 4 ਹੈ ਪੁੰਗੋਲ ਸੋ ਅਕਾਸ਼ ਗੰਗਾ ਦੇ ਵਿੱਚ ਸੌਰੀ ਆਕਾਸ਼ ਦੇ ਵਿੱਚ ਸਥਿਤ ਸੂਰਜ ਹੈ ਚਾਹੇ ਗ੍ਰਹਿ ਆ ਚੰਨ ਤਾਰੇ ਇਹ ਸਾਰਿਆਂ ਨੂੰ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਤਿੰਨ ਸਾਰਿਆਂ ਦੇ ਮਿਲਿਤ ਮਿਲਾਵਟ ਨੂੰ ਮਿਲੇ ਹੋਏ ਰੂਪ ਨੂੰ ਅਸੀਂ ਖਗੋਲਪਿੰਡ ਦੇ ਨਾਮ ਨਾਲ ਜਿਹੜਾ ਜਾਣਦੇ ਹਾਂਗੇ ਨੈਕਸਟ ਹੈ 5 ਨੰਬਰ ਖਗੋਲ ਵਿਗਿਆਨੀਆਂ ਨੂੰ ਵਿਗਿਆਨੀ ਕਿਸ ਨੂੰ ਆਖਦੇ ਹਨ ਸੋ ਆਪਸ਼ਨ 1 ਹੈ ਜਿਹੜੇ ਪੰਘੋਲ ਦਾ ਅਧਿਐਨ ਕਰਦੇ ਹਨ ਆਪਸ਼ਨ 2 ਹੈ ਜਿਹੜੇ ਆਕਾਸ਼ ਦਾ ਅਧਿਐਨ ਕਰਦੇ ਹਨ ਆਪਸ਼ਨ 3 ਹੈ ਜਿਹੜੇ ਵਿਗਿਆਨ ਦਾ ਅਧਿਐਨ ਕਰਦੇ ਹਨ ਅਤੇ ਆਪਸ਼ਨ 4 ਹੈ ਕੋਈ ਨਹੀਂ ਸੋ ਜਿਹੜੇ ਵਿਅਕਤੀ ਇਹਨਾਂ ਦੇ ਵਿੱਚੋਂ ਆਕਾਸ਼ ਦਾ ਅਧਿਐਨ ਕਰਦੇ ਨੇ ਬ੍ਰਹਿਮੰਡ ਦਾ ਅਧਿਐਨ ਕਰਦੇ ਨੇ ਸਾਰੇ ਗ੍ਰਹਿਾਂ ਨੂੰ ਲੈ ਕੇ ਸਾਰੇ ਤਾਰਿਆਂ ਦੀ ਸਟੱਡੀ ਕਰਦੇ ਆ ਸੋ ਉਸ ਨੂੰ ਅਸੀਂ ਖਗੋਲ ਵਿਗਿਆਨੀ ਦੇ ਨਾਮ ਨਾਲ ਚੰਗਾ ਜਾਣਦੇ ਹਿੱਕੇਗੇ ਨੈਕਸਟ ਹੈ 6 ਨੰਬਰ ਕਲਪਨਾ ਚਾਵਲਾ ਕੌਣ ਸੀ ਸੋ ਆਪਸ਼ਨ 1 ਹੈ ਇੱਕ ਵਿਗਿਆਨੀ ਸੀ ਆਪਸ਼ਨ 2 ਹੈ ਖਗੋਲ ਵਿਗਿਆਨੀ ਸੀ ਆਪਸ਼ਨ 3 ਹੈ ਸਮਾਜ ਸ਼ਾਸਤਰੀ ਸੀ ਅਤੇ ਆਪਸ਼ਨ 4 ਹੈ ਫਲਾਸਪਰ ਸੀ ਸੋ ਕਲਪਨਾ ਚਾਵਲਾ ਜਿਹੜੀ ਸੀ ਉਹ ਇੰਡੀਆ ਦੀ ਇੱਕ ਲੜਕੀ ਸੀਗੀ ਸੋ ਇਹ ਚੰਨ ਦੇ ਉੱਪਰ ਪਹੁੰਚੀ ਸੀਗੀ ਸੋ ਇਸ ਕਰਕੇ ਇਸ ਨੂੰ ਜਿਹੜਾ ਖਗੋਲ ਵਿਗਿਆਨੀ ਕਿਹਾ ਜਾਂਦਾ ਕਿਉਂਕਿ ਇਸ ਨੂੰ ਬੜਾ ਇੰਟਰਸਟ ਸੀਗਾ ਇਸ ਚੀਜ਼ ਦੇ ਵਿੱਚ ਜਾਣਨ ਬਾਰੇ ਕਿ ਬ੍ਰਹਿਮੰਡ ਤੋਂ ਬਾਹਰ ਧਰਤੀ ਤੋਂ ਬਾਹਰ ਕੀ ਕੁਝ ਹੈ ਨਾ ਸੋ ਇਹ ਚੀਜ਼ਾਂ ਦੀ ਸਟੱਡੀ ਕਰਦੇ ਸੀ ਜੋ ਵਿਅਕਤੀ ਇਹਨਾਂ ਚੀਜ਼ਾਂ ਦੀ ਸਟੱਡੀ ਕਰਦੇ ਨੇ ਉਹਨਾਂ ਸਾਰਿਆਂ ਨੂੰ ਹੀ ਖਗੋਲ ਵਿਗਿਆਨੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈਗਾ ਸੋ ਕਲਪਨਾ ਚਾਵਲਾ ਭਾਰਤੀ ਸਭ ਤੋਂ ਪ੍ਰਸਿੱਧ ਸਤਰੀ ਹੈ ਜੋ ਖਗੋਲ ਵਿਗਿਆਨੀ ਦੇ ਰੂਪ ਦੇ ਨਾਲ ਜਾਣੀ ਜਾਂਦੀ ਹੈ। ਨੈਕਸਟ ਹੈ ਸਤ ਨੰਬਰ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਕਿਹੜਾ ਹੈ? ਸੋ ਆਪਸ਼ਨ 1 ਹੈ ਚੰਨ, ਆਪਸ਼ਨ 2 ਹੈ ਮੰਗਲ, ਆਪਸ਼ਨ 3 ਹੈ ਸੂਰਜ ਅਤੇ ਆਪਸ਼ਨ 4 ਹੈ ਉਪਰੋਕਤ ਸਾਰੇ। ਸੋ ਧਰਤੀ ਦੇ ਸਭ ਤੋਂ ਨੇੜੇ ਦਾ ਤਾਰਾ ਜਿਹੜਾ ਉਹ ਸੂਰਜ ਹੈ। ਸੂਰਜ ਜਿਹੜਾ ਉਹ ਇੱਕ ਪ੍ਰਕਾਰ ਦਾ ਤਾਰਾ ਹੈ ਔਰ ਉਸ ਦੇ ਵਿੱਚੋਂ ਰੌਸ਼ਨੀ ਪੈਂਦੀ ਹੈ ਜਿਸ ਕਰਕੇ ਬਹੁਤ ਸਾਰੇ ਜਿਹੜੇ ਇਫੈਕਟ ਬਹੁਤ ਸਾਰਾ ਸਿਸਟਮ ਜਿਹੜਾ ਸੂਰਜ ਦੇ ਨਾਲ ਚੱਲ ਰਿਹਾ ਹੈਗਾ ਕਰ ਠੀਕ ਹੈ। ਤ ਸੂਰਜ ਜਿਹੜਾ ਇੱਕ ਤਾਰਾ ਹੈ ਔਰ ਧਰਤੀ ਦੇ ਸਭ ਤੋਂ ਨੇੜੇ ਦਾ ਤੇ ਵੱਡਾ ਤਾਰਾ ਜਿਹੜਾ ਉਹ ਮਿਲਦਾ ਹੈ। ਨੈਕਸਟ ਹੈ 8 ਨੰਬਰ ਜਿਹੜੇ ਆਕਾਸ਼ੀ ਪਿੰਡਾਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ অপਸ਼ਨ 1 ਹੈ ਗ੍ਰਹਿ, অপਸ਼ਨ 2 ਹੈ ਉਪਗ੍ਰਹਿ, অপਸ਼ਨ 3 ਹੈ ਤਾਰੇ ਅਤੇ অপਸ਼ਨ 4 ਹੈ ਆਕਾਸ਼ ਗੰਗਾ। ਸੋ ਜਿਹੜੇ ਆਕਾਸ਼ੀ ਪਿੰਡਾਂ ਦਾ ਆਪਣਾ ਪ੍ਰਕਾਸ਼ ਹੁੰਦਾ ਹੈ ਸੋ ਉਹਨਾਂ ਨੂੰ ਤਾਰੇ ਕਿਹਾ ਜਾਂਦਾ ਹੈ। ਸੋ ਇਹ ਧਰਤੀ ਤੋਂ ਬਹੁਤ ਦੂਰ ਹੁੰਦੇ ਨੇ ਸੋ ਇਸ ਕਰਕੇ ਛੋਟੇ ਸਾਈਜ਼ ਦੇ ਵਿੱਚ ਇਹ ਦਿਖਾਈ ਦਿੰਦੇ ਹੈਗੇ ਨੇ। ਜਿਹੜੇ ਗ੍ਰਹਿ ਨੇ ਇਹਨਾਂ ਦਾ ਆਪਣਾ ਪ੍ਰਕਾਸ਼ ਨਹੀਂ ਹੁੰਦਾ ਇਹ ਸੂਰਜ ਦੇ ਪ੍ਰਕਾਸ਼ ਦੇ ਨਾਲ ਚਮਕਦੇ ਨੇ ਉਪਗ੍ਰਹਿ ਵੀ ਇਸੇ ਤਰ੍ਹਾਂ ਹੀ ਨੇ ਜਿਵੇਂ ਕਿ ਤੁਸੀਂ ਚੰਨ ਨੂੰ ਦੇਖਦੇ ਆ ਚੰਨ ਦੇ ਉੱਪਰ ਸੂਰਜ ਦਾ ਪ੍ਰਕਾਸ਼ ਪੈਂਦਾ ਹੈ ਔਰ ਉਸੇ ਪ੍ਰਕਾਸ਼ ਦੇ ਨਾਲ ਚੰਨ ਜਿਹੜਾ ਸਾਨੂੰ ਧਰਤੀ ਤੋਂ ਕੋਲ ਚਮਕਦਾ ਨਜ਼ਰ ਆਉਂਦਾ ਹੈ ਅਗਰ ਅਸੀਂ ਚੰਨ ਦੇ ਉੱਪਰ ਜਾ ਕੇ ਧਰਤੀ ਨੂੰ ਦੇਖੀ ਤਾਂ ਸਾਡੀ ਧਰਤੀ ਵੀ ਜਿਹੜੀ ਉਸੇ ਤਰ੍ਹਾਂ ਜਿਹੜੀ ਉਹ ਚਮਕਦੀ ਨਜ਼ਰ ਆਵੇਗੀ ਧਰਤੀ ਦਾ ਆਪਣਾ ਕੋਈ ਪ੍ਰਕਾਸ਼ ਨਹੀਂ ਸਤੇ ਉੱਪਰ ਸੂਰਜ ਦਾ ਜਿਹੜਾ ਪ੍ਰਕਾਸ਼ ਉਹ ਪੈਂਦਾ ਹੈਗਾ ਤਾਂ ਨੈਕਸਟ ਹੈ ਨੋ ਨੰਬਰ ਤਾਰਾ ਮੰਡਲਾਂ ਵਿੱਚੋਂ ਪ੍ਰਾਣੇ ਸਮੇਂ ਤੋਂ ਪ੍ਰਚਲਿਤ ਹੈ ਸੋ ਆਪਸ਼ਨ 1 ਹੈ ਆਕਾਸ਼ ਗੰਗਾ ਆਪਸ਼ਨ 2 ਹੈ ਸੂਰਜ ਆਪਸ਼ਨ 3 ਹੈ ਧਰਤੀ ਅਤੇ ਆਪਸ਼ਨ 4 ਹੈ ਸ਼ਕਤਰੀਸੀ ਸੋ ਤਾਰਾ ਮੰਡਲ ਦਾ ਮਤਲਬ ਹੈ ਕਿ ਬਹੁਤ ਸਾਰੇ ਜਿਹੜੇ ਤਾਰੇ ਉਹ ਮਿਲ ਕੇ ਇੱਕ ਝੁੰਡ ਬਣਾ ਲੈਂਦੇ ਨੇ ਉਹ ਅਲੱਗ-ਅਲੱਗ ਸ਼ੇਪਸ ਜਿਹੜੀਆਂ ਉਹ ਲੈ ਲੈਂਦੇ ਨੇ ਸੋ ਅਸੀਂ ਬੁੱਕ ਦੇ ਵਿੱਚ ਇਸ ਨੂੰ ਦੇਖ ਸਕਦੇ ਹਾਂ ਇਸ ਤਰ੍ਹਾਂ ਦੀਆਂ ਕਰਤੀਆਂ ਬਹੁਤ ਸਾਰੀਆਂ ਬਣੀ ਹੁੰਦੀਆਂ ਨੇ ਕਈ ਸਾਰੀਆਂ ਸ਼ਕਲਾਂ ਜਿਹੜੀਆਂ ਉਹ ਬਣਾਉਂਦੇ ਨੇ ਸੋ ਇਹਨਾਂ ਦੇ ਵਿੱਚੋਂ ਸਭ ਤੋਂ ਪ੍ਰਸਿੱਧ ਜਿਹੜੀ ਉਹ ਸप्तऋषि ਪਾਈ ਜਾਂਦੀ ਹੈਗੀਆ ਸੋ ਇਹ ਸਭ ਤੋਂ ਪ੍ਰਾਚੀਨ ਸਮੇਂ ਤੋਂ ਇਹ ਦੇਖਿਆ ਜਾਂਦਾ ਹੈ ਇਸ ਸप्तऋषि ਨੂੰ ਬ੍ਰਹਿਮੰਡ ਦੇ ਵਿੱਚ ਆਕਾਸ਼ ਦੇ ਵਿੱਚ ਜਦੋਂ ਤੁਸੀਂ ਰਾਤ ਨੂੰ ਜਦੋਂ ਵੀ ਦੇਖੋ ਦੇਖ ਸਕਦੇ ਹੋਗੇ ਤਾਂ ਇੱਕ ਤਾਰਾ ਮੰਡਲ ਜਾਂ ਤਾਰਾ ਸਮੂਹ ਹੈ ਸੋ ਐਸੇ ਨੂੰ ਹੀ ਸप्तऋषि ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਪ੍ਰਾਣੇ ਸਮੇਂ ਤੋਂ ਇਸ ਨੂੰ ਜਾਣਿਆ ਜਾਂਦਾ ਹੈ ਨੈਕਸਟ ਹੈ 10 ਨੰਬਰ ਤਾਰੇ ਟਿਮਟਿਮਾਉਂਦੇ ਕਿਉਂ ਹਨ ਸੋ ਆਪਸ਼ਨ 1 ਹੈ ਹਵਾ ਦੇ ਗਲਾਫ ਕਰਕੇ ਆਪਸ਼ਨ 2 ਹੈ ਸੂਰਜ ਦਾ ਕਰਕੇ ਆਪਸ਼ਨ 3 ਹੈ ਆਪਣਾ ਪ੍ਰਕਾਸ਼ ਹੋਣ ਕਰਕੇ ਅਤੇ ਆਪਸ਼ਨ 4 ਹੈ ਦੂਰ ਹੋਣ ਕਰਕੇ ਤਾਂ ਰਾਈਟਸਟ ਆਨਸਰ ਏ ਆਪਸ਼ਨ ਹੈ ਸੋ ਤਾਰੇ ਜਿਹੜੇ ਉਹ ਟਿਮਟਿਮਾਉਂਦੇ ਨੇ ਉਹਦਾ ਕਾਰਨ ਇਹ ਹੈ ਕਿ ਜਿਹੜੇ ਤਾਰੇ ਨੇ ਉਹ ਧਰਤੀ ਤੋਂ ਬਹੁਤ ਦੂਰ ਦੇ ਉਪਰ ਸਥਿਤ ਹੈਗੇ ਨੇ ਔਰ ਧਰਤੀ ਦੇ ਆਲੇ ਦੁਆਲੇ ਇੱਕ ਹਵਾ ਦਾ ਗਲਾਫ ਬਣਿਆ ਹੋਇਆ ਹੈ ਜਦੋਂ ਪ੍ਰਕਾਸ਼ ਉਸ ਦੇ ਵਿੱਚੋਂ ਦੀ ਗੁਜ਼ਰਦਾ ਹੈ ਜਿਹੜੇ ਵਿਦਿਆਰਥੀ ਨੇ ਸਾਇੰਸ ਪੜ੍ਹੀ ਉਹਨਾਂ ਨੂੰ ਪਤਾ ਹੈ ਨਾ ਜਦੋਂ ਪ੍ਰਕਾਸ਼ ਉਸ ਦੇ ਵਿੱਚੋਂ ਗੁਜ਼ਰਦਾ ਹੈ ਤਾਂ ਉਸ ਦੇ ਵਿੱਚ ਹਿਲਜੁਲ ਹੁੰਦੀ ਹੈ ਨਾ ਸੋ ਕਹਿ ਸਕਦੇ ਹੈਗੇ ਆਂਗੇ ਸੋ ਹਿਲਜੁਲ ਕਾਰਨ ਕਰਕੇ ਜਿਹੜੇ ਤਾਰੇ ਆ ਉਹ ਟਿਮਟਿਮਾਉਂਦੇ ਨਜ਼ਰ ਆਉਂਦੇ ਨੇ ਅਸਲ ਦੇ ਵਿੱਚ ਤਾਰੇ ਨਹੀਂ ਟਿਮਟਿਮਾਉਂਦੇ ਉਹ এনवायरमेंट ਜਾਨਕੀ ਹਵਾ ਦਾ ਜੋ ਗਲਾਪਾ ਉਸ ਨੂੰ ਉਹ ਟਿਮਟਿਮਾਉਂਦਾ ਬਣਾਉਣ ਦੇ ਵਿੱਚ ਹੈਲਪ ਕਰਦਾ ਹੈਗਾ ਨੈਕਸਟ ਹੈ 11 ਨੰਬਰ ਅਕਾਸ਼ ਵਿੱਚ ਦੂਰੀ ਮਾਪਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਸੋ ਆਪਸ਼ਨ 1 ਹੈ ਕਿਲੋਮੀਟਰ ਆਪਸ਼ਨ 2 ਹੈ ਸੈਂਟੀਮੀਟਰ ਆਪਸ਼ਨ 3 ਹੈ ਪ੍ਰਕਾਸ਼ਾਲ ਅਤੇ ਆਪਸ਼ਨ 4 ਹੈ ਇਹ ਸਾਰੇ ਸੋ ਅਕਾਸ਼ ਦੇ ਵਿੱਚ ਜਦੋਂ ਕਿਤੇ ਵੀ ਕਿਸੇ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੀ ਦੂਰੀ ਮਾਪੀ ਜਾਂਦੀ ਹੈ ਤਾਂ ਉਸ ਦੇ ਲਈ ਪ੍ਰਕਾਸ਼ਾਲ ਦਾ ਜਿਹੜਾ ਇਸਤੇਮਾਲ ਜਾਂ ਪ੍ਰਯੋਗ ਕੀਤਾ ਜਾਂਦਾ ਹੈ ਜਿਹਦੇ ਨਾਲ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਦੀ ਦੂਰੀ ਹੈ ਜਿਹੜੀ ਉਹ ਮਾਪੀ ਜਾਂਦੀ ਹੈਗੀ ਹੈ ਨੈਕਸਟ ਹੈ 12 ਨੰਬਰ ਪ੍ਰਕਾਸ਼ 1 ਸੈਕਿੰਡ ਦੇ ਵਿੱਚ ਕਿੰਨਾ ਸਫ਼ਰ ਤੈਅ ਕਰਦਾ ਹੈ অপਸ਼ਨ A ਹੈ 2 ਲੱਖ ਕਿਲੋਮੀਟਰ অপਸ਼ਨ 2 ਹੈ 3 ਲੱਖ ਕਿਲੋਮੀਟਰ অপਸ਼ਨ 3 ਹੈ 4 ਲੱਖ ਕਿਲੋਮੀਟਰ ਅਤੇ অপਸ਼ਨ 4 ਹੈ 5 ਲੱਖ ਕਿਲੋਮੀਟਰ ਸੋ ਪ੍ਰਕਾਸ਼ ਜਿਹੜਾ ਉਹ 1 ਸੈਕਿੰਡ ਦੇ ਵਿੱਚ ਲਗਭਗ 3 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ 3 ਲੱਖ ਕਿਲੋਮੀਟਰ 1 ਸੈਕਿੰਡ ਦੇ ਵਿੱਚ ਪ੍ਰਕਾਸ਼ ਆਪਣਾ ਸਫ਼ਰ ਤੈਅ ਕਰ ਲੈਂਦਾ ਹੈ ਇਹਨਾਂ ਦੇ ਵਿੱਚੋਂ ਨੈਕਸਟ ਹੈ 13 ਨੰਬਰ ਪ੍ਰਕਾਸ਼ ਦੀ ਕਿਰਨ ਇੱਕ ਸਾਲ ਵਿੱਚ ਲਗਾਤਾਰ ਚੱਲਦੀਆਂ ਜਿੰਨਾ ਸਫ਼ਰ ਤੈਅ ਕਰਦੀ ਹੈ ਉਸ ਦੂਰੀ ਨੂੰ ਆਖਿਆ ਜਾਂਦਾ ਹੈ অপশন 1 ਹੈ ਪ੍ਰਕਾਸ਼ ਸਾਲ অপশন 2 ਹੈ ਕਿਲੋਮੀਟਰ অপশন 3 ਹੈ ਸੂਰਜ ਤੋਂ ਦੂਰੀ ਅਤੇ অপশন 4 ਹੈ ਲੀਪ ਵਾਲਾ ਸਾਲ ਸੋ ਪ੍ਰਕਾਸ਼ ਦੀ ਕਿਰਨ ਜਿਹੜੀ ਉਹ ਇੱਕ ਸਾਲ ਦੇ ਵਿੱਚ ਲਗਾਤਾਰ ਚੱਲਦੀ ਹੈ ਜਿੰਨਾ ਸਫ਼ਰ ਤੈਅ ਕਰਦੀ ਹੈ ਸੋ ਉਸੇ ਦੂਰੀ ਨੂੰ ਆਖਿਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਪ੍ਰਕਾਸ਼ ਸਾਲ ਯਾਨੀ ਕਿ ਇੱਕ ਸਾਲ ਦੇ ਵਿੱਚ ਕਿੰਨੀ ਦੂਰੀ ਉਸਨੇ ਤੈਅ ਕੀਤੀ ਹੈ ਉਸੇ ਚੀਜ਼ ਨੂੰ ਪ੍ਰਕਾਸ਼ ਆਖਿਆ ਜਾਂਦਾ ਹੈ ਔਰ ਇਸੇ ਦੇ ਨਾਲ ਹੀ ਇਸ ਦੂਰੀ ਨੂੰ ਜਿਹੜਾ ਮਾਪਿਆ ਜਾਂਦਾ ਹੈ ਨੈਕਸਟ ਹੈ 14 ਨੰਬਰ ਸੂਰਜ ਦਾ ਪ੍ਰਕਾਸ਼ ਧਰਤੀ ਤੇ ਕਿੰਨੇ ਸਮੇਂ ਵਿੱਚ ਪਹੁੰਚਦਾ ਹੈ অপਸ਼ਨ 1 ਹੈ 200 ਸਕੰਡ ਦੇ ਵਿੱਚ অপਸ਼ਨ 2 ਹੈ 8 ਮਿੰਟਾਂ ਦੇ ਵਿੱਚ অপਸ਼ਨ 3 ਹੈ 10 ਮਿੰਟ 20 ਸਕੰਡ ਦੇ ਵਿੱਚ ਅਤੇ অপਸ਼ਨ 4 ਹੈ 30 ਮਿੰਟ ਦੇ ਵਿੱਚ ਤਾਂ ਸੂਰਜ ਦਾ ਜਿਹੜਾ ਪ੍ਰਕਾਸ਼ ਆ ਉਸ ਨੂੰ ਧਰਤੀ ਤੇ ਪਹੁੰਚਣ ਦੇ ਲਈ ਤਕਰੀਬਨ 8 ਮਿੰਟ ਦਾ ਜਿਹੜਾ ਸਮਾਂ ਉਹ ਲੱਗਦਾ ਹੈਗਾ ਕੰਮ ਨੈਕਸਟ ਹੈ 12 ਨੰਬਰ ਸੂਰਜ ਧਰਤੀ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਸੋ ਆਪਸ਼ਨ 1 ਹੈ 10 ਕਰੋੜ ਕਿਲੋਮੀਟਰ ਆਪਸ਼ਨ 2 ਹੈ 14 ਕਰੋੜ ਕਿਲੋਮੀਟਰ ਆਪਸ਼ਨ 3 ਹੈ 21 ਕਰੋੜ ਕਿਲੋਮੀਟਰ ਅਤੇ ਆਪਸ਼ਨ 4 ਹੈ 15 ਕਰੋੜ ਕਿਲੋਮੀਟਰ ਸੂਰਜ ਧਰਤੀ ਤੋਂ ਦੂਰੀ ਹੈ ਸੂਰਜ ਦੀ ਟੈਰਾਈਟਸ ਅਨਸਰ ਡੀ ਆਪਸ਼ਨ 15 ਕਰੋੜ ਕਿਲੋਮੀਟਰ ਦੂਰ ਹੈ ਸੂਰਜ ਧਰਤੀ ਤੋਂ ਇੰਨਾ ਦੂਰ ਹੋਣ ਦੇ ਬਾਵਜੂਦ ਵੀ ਸਾਨੂੰ ਇੰਨਾ ਪ੍ਰਕਾਸ਼ ਅਤੇ ਇੰਨੀ એનર્ਜੀ ਜਿਹੜੀ ਪ੍ਰੋਵਾਈਡ ਕਰਦਾ ਹਨ ਸੋ ਦੇਖ ਸਕਦੇ ਹਾਂ ਕਿ ਕਿੰਨਾ ਹਾਰਡ ਹੋ ਗਿਆ ਸਟੂਡੈਂਟ ਔਰ 6000 ਡਿਗਰੀ ਸੈਲਸੀਅਸ ਜਿਹੜਾ ਉਸ ਦਾ ਤਾਪ ਮੰਨਿਆ ਜਾਂਦਾ ਹੈਗਾ। ਨੈਕਸਟ ਹੈ 16 ਨੰਬਰ ਬ੍ਰਹਿਮੰਡ ਵਿੱਚ ਤਕਰੀਬਨ ਕਿੰਨੀਆਂ ਗੈਲੈਕਸੀਆਂ ਹਨ? ਸੋ ਆਪਸ਼ਨ 1 ਹੈ 5 ਅਰਬ, ਆਪਸ਼ਨ 2 ਹੈ 4 ਅਰਬ, ਆਪਸ਼ਨ 3 ਹੈ 6 ਅਰਬ ਅਤੇ ਆਪਸ਼ਨ 4 ਹੈ 10 ਅਰਬ। ਹਾਲਾਂਕਿ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ ਬਟ ਇੱਕ ਐਸਟੀਮੇਟ ਹੈ ਸਾਇੰਸਦਾਨਾਂ ਦੇ ਦੁਆਰਾ ਕਿ ਬ੍ਰਹਿਮੰਡ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੀਆਂ 6 ਅਰਬ ਜਿਹੜੀਆਂ ਗੈਲੈਕਸੀਆਂ ਹੈਗੀਆਂ ਨੇਗੀਆਂ ਠੀਕ ਹੈ। ਨੈਕਸਟ ਹੈ ਸਵਾਲ ਨੰਬਰ 1 ਇੱਕ ਗੈਲੈਕਸੀ ਦੇ ਵਿੱਚ ਔਸਤਨ ਕਿੰਨੇ ਤਾਰੇ ਹੁੰਦੇ ਹਨ ਸੋ ਆਪਸ਼ਨ 1 ਹੈ ਕਈ ਲੱਖ ਮਿਲੀਅਨ ਆਪਸ਼ਨ 2 ਹੈ 2 ਲੱਖ ਮਿਲੀਅਨ ਆਪਸ਼ਨ 3 ਹੈ 4 ਲੱਖ ਮਿਲੀਅਨ ਅਤੇ ਆਪਸ਼ਨ 4 ਹੈ 6 ਲੱਖ ਮਿਲੀਅਨ ਇੱਕ ਗੈਲੈਕਸੀ ਦੇ ਵਿੱਚ ਤਕਰੀਬਨ ਕਈ ਲੱਖ ਮਿਲੀਅਨ ਜਿਹੜੇ ਤਾਰੇ ਹੁੰਦੇ ਨੇ ਸੋ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਇੰਨੇ ਤਾਰੇ ਹੁੰਦੇ ਨੇ ਸੋ ਇਸ ਨੂੰ ਅਸੀਂ ਮਿਲੀਅਨ ਦੇ ਵਿੱਚ ਹੀ ਜਿਹੜਾ ਕਹਿ ਸਕਦੇ ਆ ਵਣ ਸਕਦੇ ਆ ਯਾਨੀ ਕਿ ਕਈ ਲੱਖ ਮਿਲੀਅਨ ਤਾਰੇ ਜਿਹੜੇ ਇੱਕ ਗੈਲੈਕਸੀ ਦੇ ਵਿੱਚ ਉਹ ਪਏ ਜਾਂਦੇ ਨੇ ਕਿਨੇਗੇ ਨੈਕਸਟ ਹੈ 18 ਨੰਬਰ ਸੂਰਜੀ ਪਰਿਵਾਰ ਵਿੱਚ ਕਿੰਨੇ ਗ੍ਰਹਿ ਹਨ ਸੋ ਆਪਸ਼ਨ 1 ਹੈ 8 ਨੋ অপਸ਼ਨ 2 ਹੈ 8 অপਸ਼ਨ 3 ਹੈ 7 ਅਤੇ অপਸ਼ਨ 4 ਹੈ 11 ਤਾਂ ਰਾਈਟੈਸਟ ਅਨਸਰ ਬੀ অপਸ਼ਨ ਸੂਰਜੀ ਪਰਿਵਾਰ ਦੇ ਵਿੱਚ ਤਕਰੀਬਨ 8 ਗ੍ਰਹਿ ਨੇ ਸੋ ਪਹਿਲਾਂ 9 ਗ੍ਰਹਿ ਹੁੰਦੇ ਸੀ ਬਟ ਲਾਸਟ ਦੇ ਵਿੱਚ ਉਸ ਨੂੰ ਜਿਹੜਾ ਕੱਟ ਦਿੱਤਾ ਗਿਆ ਸੀ ਸੋ ਹੁਣ ਵਰਤਮਾਨ ਸਮੇਂ ਜਿਹੜੇ 8 ਗ੍ਰਹਿ ਸੂਰਜੀ ਪਰਿਵਾਰ ਦੇ ਵਿੱਚ ਸ਼ਾਮਲ ਨੇਗੇ ਨੈਕਸਟ ਹੈ 19 ਨੰਬਰ ਗ੍ਰੇਕ ਇਸ ਭਾਸ਼ਾ ਦਾ ਸ਼ਬਦ ਹੈ ਸੋ অপਸ਼ਨ 1 ਹੈ ਪੰਜਾਬੀ ਦਾ অপਸ਼ਨ 2 ਹੈ ਹਿੰਦੀ ਦਾ অপਸ਼ਨ 3 ਹੈ ਯੂਨਾਨੀ ਦਾ ਅਤੇ অপਸ਼ਨ 4 ਹੈ ਅੰਗਰੇਜ਼ੀ ਦਾ ਸੋ ਗ੍ਰਹਿ ਆਫ ਜਾਂ ਪਲੈਨੈਟ ਆਫ ਜਿਹੜਾ ਇਹਨਾਂ ਦੇ ਵਿੱਚ ਉਹ ਜੁਨਾਨੀ ਭਾਸ਼ਾ ਦੇ ਇੱਕ ਸ਼ਬਦ ਹੈ ਸੋ ਉਸ ਦੇ ਵਿੱਚ ਇਸ ਨੂੰ ਜਿਹੜਾ ਕ੍ਰੀਏਟ ਕੀਤਾ ਗਿਆ ਹੈ ਨੈਕਸਟ ਹੈ ਬੀ ਨੰਬਰ ਗ੍ਰਹਿ ਦਾ ਅਰਥ ਹੈ ਜੋ ਕਿ ਜੁਨਾਨੀ ਭਾਸ਼ਾ ਦਾ ਸ਼ਬਦ ਹੈ ਉਸ ਦਾ ਕੀ ਅਰਥ ਹੈ ਸੋ ਆਪਸ਼ਨ 1 ਹੈ ਪਲਾੜੀ ਪਿੰਡ ਆਪਸ਼ਨ 2 ਹੈ ਘੁੰਮਣ ਵਾਲੀਆਂ ਵਸਤੂਆਂ ਆਪਸ਼ਨ 3 ਹੈ ਕਾਲੇ ਪਦਾਰਥ ਅਤੇ ਆਪਸ਼ਨ 4 ਹੈ ਗ੍ਰਹਿ ਸੋ ਗ੍ਰਹਿ ਜਿਹੜਾ ਇੱਕ ਜਨਾਨੀ ਭਾਸ਼ਾ ਦਾ ਸ਼ਬਦ ਹੈ ਸੋ ਇਸ ਨੂੰ ਅਸੀਂ ਇੱਕ ਘੁੰਮਣ ਵਾਲੀ ਵਸਤੂ ਤੇ ਜਿਹੜਾ ਅਰਥ ਲੈਨੇ ਆ ਸੋ ਜਿਹੜੇ ਗ੍ਰਹਿ ਹੁੰਦੇ ਨੇ ਉਹ ਆਪਣੀ ਧੂਰੀ ਦੇ ਦੁਆਲੇ ਜਾਂ ਸੂਰਜ ਦੇ ਦੁਆਲੇ ਚੱਕਰ ਕਰਦੇ ਨੇ ਸੋ ਇਸੇ ਕਰਕੇ ਹੀ ਇਸ ਨੂੰ ਗ੍ਰਹਿ ਕਿਹਾ ਜਾਂਦਾ ਹੈ ਤਾਂ ਗ੍ਰਹਿ ਦਾ ਜੋ ਨਾਨੀ ਭਾਸ਼ਾ ਦੇ ਵਿੱਚ ਅਰਥ ਬਣਦਾ ਹੈ ਕਿ ਘੁੰਮਣ ਵਾਲੀਆਂ ਵਸਤੂਆਂ ਗ੍ਰਹਿ ਜਿਹੜੇ ਉਹ ਆਪਣੀ ਇੱਕ ਘੁੰਮਣ ਵਾਲੀ ਵਸਤੂ ਹੁੰਦੀ ਹੈ ਹਨ ਨੈਕਸਟ ਹੈ 21 ਨੰਬਰ ਗ੍ਰਹਿ ਕਿਸ ਦੇ ਪ੍ਰਕਾਸ਼ ਨਾਲ ਚਮਕਦੇ ਹਨ ਸੋ ਆਪਸ਼ਨ 1 ਆਪਣੇ ਪ੍ਰਕਾਸ਼ ਨਾਲ ਆਪਸ਼ਨ 2 ਹੈ ਸੂਰਜ ਨਾਲ ਆਪਸ਼ਨ 3 ਹੈ ਚੰਨ ਦੇ ਨਾਲ ਅਤੇ ਆਪਸ਼ਨ 4 ਹੈ ਕੋਈ ਨਹੀਂ ਨਾਲ ਕੋਈ ਨਹੀਂ ਸੌਰੀ ਸੋ ਗ੍ਰਹਿ ਚਮਕਦੇ ਹਨ ਸੂਰਜ ਦੇ ਪ੍ਰਕਾਸ਼ ਦੇ ਨਾਲ ਸ ਇਹਨਾਂ ਦਾ ਆਪਣਾ ਕੋਈ ਪ੍ਰਕਾਸ਼ ਨਹੀਂ ਹੁੰਦਾ ਸੋ ਤਾਰੇ ਆ ਜਿਹੜੇ ਉਹ ਆਪਣੇ ਪ੍ਰਕਾਸ਼ ਨਾਲ ਹੀ ਚਮਕਦੇ ਆ ਬਟ ਸੂਰਜ ਆ ਜਿਹੜਾ ਉਹ ਸੌਰੀ ਗ੍ਰਹਿ ਨੇ ਜਿਹੜੇ ਉਹ ਸੂਰਜ ਦੇ ਪ੍ਰਕਾਸ਼ ਦੇ ਨਾਲ ਚਮਕਦੇ ਨੇ ਇਹਨਾਂ ਦੇ ਵਿੱਚੋਂ ਨੈਕਸਟ ਹੈ ਬਾਈ ਨੰਬਰ ਗ੍ਰਹਿ ਦੇ ਨਾਮ ਕਿਸ ਦੇ ਨਾਮ ਤੇ ਰੱਖੇ ਗਏ ਹਨ ਸੋ ਆਪਸ਼ਨ 1 ਹੈ ਯੂਨਾਨੀ ਦੇਵਤਿਆਂ ਦੇ ਆਪਸ਼ਨ 2 ਹੈ ਸਿੱਖ ਗੁਰੂਆਂ ਦੇ ਆਪਸ਼ਨ 3 ਹੈ ਅੰਗਰੇਜ਼ਾਂ ਦੇ ਅਤੇ ਆਪਸ਼ਨ 4 ਹੈ ਵਿਗਿਆਨੀਆਂ ਦੇ ਸੋ ਗ੍ਰਹਿਾਂ ਦੇ ਜਿੰਨੇ ਵੀ ਨਾਮ ਰੱਖੇ ਗਏ ਨੇਗੇ ਉਹ ਤਕਰੀਬਨ ਜਿਹੜੇ ਆ ਉਹ ਜਨਾਨੀ ਦੇਵਤਿਆਂ ਦੇ ਉੱਪਰ ਰੱਖੇ ਗਏ ਨੇ ਬੁੱਧ ਸ਼ੋਕਰ ਮੰਗਲ ਬ੍ਰਹਸਪਤੀ ਸ਼ਨੀ ਸਾਰੇ ਦੇ ਸਾਰੇ ਜਿਹੜੇ ਆ ਉਹ ਜਨਾਨੀ ਦੇਵਤਿਆਂ ਦੇ ਨਾਮ ਨੇ ਔਰ ਉਹਨਾਂ ਦੇ ਨਾਮ ਦੇ ਉੱਪਰ ਇਹ ਨਾਮ ਜਿਹੜੇ ਰੱਖੇ ਗਏ ਹੈ ਕਿੰਨੇ ਨੈਕਸਟ ਹੈ 23 ਨੰਬਰ ਕਿਸੇ ਗੋਲੀ ਦੇ ਕੇਂਦਰੀ ਤ੍ਰਿ ਵਿੱਚ ਦੀ ਹੋ ਕੇ ਕਿਸੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਾਲੀ ਸਿੱਧੀ ਰੇਖਾ ਨੂੰ ਕਿਹਾ ਜਾਂਦਾ ਹੈ ਆਪਸ਼ਨ ਏ ਕਾ ਵਿਆਸ অপশন 2 ਹੈ ਅਰਧ ਵਿਆਸ অপਸ਼ਨ 3 ਹੈ ਚੱਕਰ ਅਤੇ অপਸ਼ਨ 4 ਹੈ ਇਹ ਸਾਰੇ ਸੋ ਕਿਸੇ ਗੋਲੇ ਦਾ ਜਿਹੜਾ ਕੇਂਦਰੀ ਤੁਰਾ ਹੁੰਦਾ ਹੈ ਜਦੋਂ ਉਸਤੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਣ ਵਾਲੀ ਜਿਹੜੀ ਸਿੱਧੀ ਰੇਖਾ ਹੁੰਦੀ ਹੈ ਸੋ ਇਸ ਚੀਜ਼ ਨੂੰ ਵਿਆਸ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੁੰਦਾ ਹੈਗਾ ਨੈਕਸਟ ਹੈ 24 ਨੰਬਰ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ ਸੋ অপਸ਼ਨ 1 ਹੈ ਮੰਗਲ অপਸ਼ਨ 2 ਹੈ ਬੁੱਧ অপਸ਼ਨ 3 ਹੈ ਧਰਤੀ ਅਤੇ অপਸ਼ਨ 4 ਹੈ ਸ਼ਨੀ तो सूरज के सब तो नेड़े का जो ग्रह इन्होंने आ जाता है सो बुद्ध ग्रह है सो बुद्ध ग्रह है सो बुद्ध ग्रह ही सब तो गर्म है क्योंकि सूरज के सब तो नेड़े ग्रह पैंता है ठीक है और इसके ऊपर एनवायरमेंट भी जरा नहीं है यानी कि गिलाफ जो हवा तो भी नहीं बनया हुआ है नैक्सट है पच्ची नंबर सूरज तो सब तो दूर कि ग्रह है सो ऑप्शन एक है शनि आप्न दो है यूरनस आप्शन तीन है नैपचून आप्शन चार है बृहस्पति ਸੂਰਜ ਤੋਂ ਸਭ ਤੋਂ ਦੂਰ ਗ੍ਰਹਿ ਇਹਨਾਂ ਦੇ ਵਿੱਚੋਂ ਜਿਹੜਾ ਹੈ ਉਹ ਨੇਪਚੂਨ ਹੈ ਅਤੇ ਸਭ ਤੋਂ ਨੇੜੇ ਜਿਹੜਾ ਹੈ ਉਹ ਬੁੱਧ ਆ ਜਾਂਦਾ ਹੈਗਾ ਔਰ ਇਹ ਸਭ ਤੋਂ ਠੰਡਾ ਗ੍ਰਹਿ ਹੈ ਅਤੇ ਬੁੱਧ ਗ੍ਰਹਿ ਜਿਹੜਾ ਉਹ ਸਭ ਤੋਂ ਗਰਮ ਗ੍ਰਹਿ ਆ ਜਾਂਦਾ ਹੈਗਾ ਇਹਨਾਂ ਦੇ ਵਿੱਚੋਂ ਸੋ ਥੈਂਕ ਯੂ ਜੀ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਕੁਐਸਚਨ ਸਵਾਲ ਕਰਦਾਂਗੇ ਸਭ ਦੇ ਲਈ ਹੈਲਪਫੁਲ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ